ਅਸਲਾਮੁਅਲੈਕੁਮ ਜੀ, ਮੀਆਂ ਚੰਨੂ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ। ਸਾਰੀਆਂ ਜਿਨਸਾਂ ਅੱਜ ਆਈਆਂ ਹੋਈਆਂ ਵਾ, ਤਿਲ, ਮੱਕੀ, ਕਪਾਹ, ਕਪੂ। ਚਾਚੇ ਭਲਵਾਨ ਨੂੰ ਪੁੱਛਦੇ ਅੱਜ ਕੀ ਰੇਟ। ਅਸਲਾਮੁਅਲੈਕੁਮ, ਕੀ ਹਾਲ ਚਾਲ ਆ ਚਾਚਾ? ਠੀਕ ਹੋ? ਮੈਨੂੰ ਦੱਸੋ, ਹਾਂ ਜ਼ਰਾ ਹਾਸਾ ਨਹੀਂ ਬੰਦ ਹੁੰਦਾ ਚਾਚੇ ਦਾ ਯਾਰ, ਪਤਾ ਨਹੀਂ ਕੀ ਗੱਲ ਆ। ਅਤੇ ਮੈਨੂੰ ਦੱਸੋ ਕਿ ਮੱਕੀ ਦਾ ਕੀ ਰੇਟ ਆ ਅੱਜ? ਸਹੀ ਹੋ ਗਿਆ, ਮੱਕੀ ਦਾ ਨਹੀਂ ਹਲੇ ਨਿਕਲਿਆ। ਅਤੇ ਤਿਲ ਕਿਵੇਂ ਵਿਕਦੇ ਪਏ? ਤਿਲ 13,000 ਰੁਪਈਏ ਰੇਟ ਆ, 13,500। ਅਤੇ ਇਹ ਬਾਹਰ ਜਾ ਰਹੇ ਕਿ ਹਲੇ ਨਹੀਂ ਜਾ ਰਹੇ? ਹਲੇ ਕੋਈ ਨਹੀਂ ਜਾ ਰਹੇ। ਸਹੀ ਹੋ ਗਿਆ। ਅੱਛਾ ਚਾਚਾ ਭਲਵਾਨ, ਮੈਨੂੰ ਦੱਸੀ ਕਿ ਕਣਕ ਦਾ ਕੀ ਰੇਟ ਆ ਅੱਜ? 2600 ਰੁਪਈਆ। ਅਤੇ ਕਪਾਹ ਦਾ? 75,000 ਰੁਪਈਆ। ਇਹ ਵੀ ਬੜਾ ਰੇਟ ਥੱਲੇ ਆ ਗਿਆ ਯਾਰ, 8-9,000 ਤੋਂ ਥੱਲੇ ਆ ਕੇ 7,500 ਹੋ ਗਿਆ। ਅਰਾਈਵਲ ਕਿੰਨਾ ਕੁ ਕਪਾਹ ਦਾ? ਮੂੰਗੀ ਦਾ ਬੜਾ ਸੁਣਿਆ ਰੇਟ ਹਾਈ ਜਾ ਰਿਹਾ, ਮੂੰਗੀ ਦਾ ਕੀ ਰੇਟ ਆ? 9,000 ਰੁਪਈਆ। ਕੱਲ੍ਹ ਤਾਂ 9,500 ਵੀ ਵਿਕੀ ਆ। ਸਹੀ ਹੋ ਗਿਆ ਜੀ, ਅੱਜ 9,000 ਰੁਪਈਏ ਤੱਕ ਰੇਟ ਆ। ਠੀਕ ਹੋ ਗਿਆ ਜੀ। ਅਤੇ ਹੋਰ ਕਿਹੜੀ ਜੀਨਸ ਆ ਰਹੀ ਆ ਜੀ? ਮਿਰਚਾਂ ਦਾ ਕੀ ਰੇਟ ਆ? 17-18,000 ਰੁਪਈਆ ਰੇਟ ਹੋ ਗਿਆ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਅਤੇ ਮੂੰਗੀ ਇਸ ਵਕਤ ਸਟਾਕ ਕਰਨੀ ਚਾਹੀਦੀ ਹੈ? ਕਿੱਥੋਂ ਕੁ ਤੱਕ ਰੇਟ ਜਾਏਗਾ? 11,000 ਰੁਪਈਏ ਤੱਕ ਜਾਏਗਾ। ਚਾਚਾ ਭਲਵਾਨ ਝੂਠ ਨਹੀਂ ਬੋਲਦਾ ਜੀ, ਠੀਕ ਆ। ਚਾਚੇ ਭਲਵਾਨ ਪੀਰ ਆ ਸਾਡਾ ਜੀ, ਜੋ ਕਹਿ ਦੇਵੇ ਉਹ ਹੁੰਦਾ ਵਾ। ਬੜੀ ਮਿਹਰਬਾਨੀ ਚਾਚਾ ਭਲਵਾਨ।